ਛੋਟੇ ਗੌਰ ਕਰਨਾ ਵਾ ਇਹਦੇ ਪਹਿਲੇ ਵੀ ਯਾਰਾਂ ਦੋਸਤਾਂ ਦੇ ਵਿਆਹ ਹੋਏ ਹੁਣ ਭਾਜੜ ਕਿਉਂ ਪਈ ਹੈ ਤੁਹਾਡਾ ਪਹਿਲਾਂ ਹੋਇਆ ਸੀ ਮਾਮੂ ਜਵੇਦ ਮੂਸਾ ਕਰਦੇ ਨਾ ਮਾਮੂ ਜਵੇਦ ਮਾਮੂ ਜਵੇਦ ਕਾ ਬਾਅਦ ਸਾਥ ਵਾਲੀ ਘਰਾਤੀ ਉਨਕੇ ਦੋ ਬੱਚੇ ਹੈ ਭਾਈ ਉਹ ਵੀ ਆਪਕੀ ਉਮਰ ਕੇ ਉਨਕੇ ਵੀ ਦੋ ਬੱਚੇ ਹੈ ਹਾਂਜੀ ਚਲੋ ਉਮਰ ਬੜੀ ਉਹ ਆਪਣੇ ਸ਼ੇਖ ਦੇ ਬੇਟੇ ਹੋ ਗਈ ਸ਼ੇਖ ਦੇ ਬੇਟੇ ਵੀ ਦੋ ਹੈ ਉਨਕੇ ਬੜਾ ਸਕੂਲ ਵੀ ਜਾਣ ਲੱਗ ਗਿਆ ਯਾਰ ਮੰਨਾ ਭਾਈ ਦੀ ਜੋ ਲੜਕੀ ਰਿਸ਼ਤਾ ਪੱਕਾ ਕਰਵਾਏਗਾ 5,000 ਰੁਪਏ ਕੈਸ਼ ਦੀ ਜਾਏਗੀ ਹੁੰਦੀ ਨਾ ਜੋ ਵੀ ਆਪਣੇ ਫੋਟੋ ਕੇ ਸਾਥ ਬਾਬੂ ਆਪਣੇ ਪੀਰਾਂ ਨੂੰ ਗੁਣ ਮੈਂ ਬਾਹਰ ਨੀ ਜਾਣਾ ਮੇਰਾ ਵਿਆਹ ਹੀ ਕਰੋ ਨਾ ਮੈਂ ਇਹ ਗੱਲ ਕੀਤੀ ਨਾ ਮੈਂ ਪੀਲਾ ਪੀਲਾ ਕੀਤਾ ਔਲਾਦ ਦੇ ਹਸਾਰ ਚ ਉਹ ਗੱਲਾਂ ਨਿਕਲ ਗਈਆਂ ਨਾ ਉਹ ਜਿਹੜਾ ਅੱਡੀਆਂ ਚੱਲ ਪਿਆ ਬੜਾ ਨਹੀਂ ਹੱਡੀ ਪਰ ਹੈ ਬੇਟੀਆਂ
ਬਹੁਤ ਛੋਟੀ ਹੈ ਸਾਡੇ ਪੈਰ ਮਾਮੂ ਬੋਲਦੇ ਯਾਰ ਦੇਖੋ ਸਾਡੇ ਪੈਰ ਮਾਮੂ ਹੁਕਮ ਦਿਓ ਇੱਥੇ ਬਾਹਰ ਆ ਕੇ ਰਾਸ ਕੇ ਉਸਾਮਾ ਭਾਈ ਅਪੀ ਉਸਾਮਾ ਭਾਈ ਉਸਾਮਾ ਉਹਨਾਂ ਨੇ ਵੀ ਨਹੀਂ ਭਾਈ ਅੱਛਾ ਯਾਰ ਜਿਹੜਾ ਅਜੇ ਕੋਈ ਪਸੰਦ ਆ ਅਲੀ ਹੁਣ ਇੱਕ ਫੈਸਲਾ ਦੱਸੋ ਪਾਗੇ ਨਾ ਨਾ ਮੈਂ ਪੈਰ ਕੋਈ ਮੈਂ ਨਹੀਂ ਮੇਰੇ ਖਾਸ ਨਾ ਅਲੀ ਭਾਈ ਕੋ ਖੁਸ਼ੀ ਹੈ ਹੈ ਪੂਰੇ ਆਪਣੇ ਭਰਾ ਦੇ ਹਟ ਦੋ ਮੰਮੂ ਸਭ ਲੋਕ ਗੱਲ ਕਰੀ ਵੋਟਰ ਕਰਾ ਵੋਟਰ ਨਹੀਂ ਅਲਪੇ ਇੱਕ ਮਿੰਟ ਇਹ ਵਜ੍ਹਾ ਕੀ ਕੋਈ ਨਹੀਂ ਕਰਾ ਅਲਪੇ ਕਹਿੰਦੇ ਵਜ੍ਹਾ ਬਾਈ ਬਤਾ ਦੋ ਅਭੀ ਨਹੀਂ ਕਰਵਾਉਣਾ ਅਭੀ ਨਹੀਂ ਕਰਨੀ ਫਿਰ ਕਰਾਉਣਾ ਤੇ ਪੀਐਚਡੀ ਐਡਮਿਸ਼ਨ ਕੋਈ 32000 ਆ ਜਾ ਪਾਂ ਕਰਦੇ 300 ਰੁਪਏ ਕਰਦੇ ਮੈਂ ਬਾਤ ਕੀਤੀ ਮਾਮੇ ਪ੍ਰਵੀਨ ਵਾਲੀ ਇਹ ਗੱਲਾਂ ਬਹਿ ਕੇ ਨਹੀਂ ਮੈਂ ਕਰਨੀ ਦੇਖੋ ਪੀਐਚਡੀ ਪੀਐਚਡੀ ਮੇ ਵੀ 3 ਸਾਲ ਹੈ ਪੂਰੇ ਆ ਹਾਂ ਕਰਦੇ ਵੀ ਮੰਗਣੀ ਕਰਦੇ ਸ਼ਾਦੀ ਬਾਅਦ ਮੇ ਕਰ ਲੈਂਗੇ ਮੰਗਣੀ ਕੋਈ ਇੱਕ ਸੱਚ ਮੰਗਣੀ ਨਾ ਤੇ ਅੱਜ ਦੀ ਕੀ ਗੱਲ ਕਿਹੜੀ ਕੀ ਪਰਸੋਂ ਦੀ ਗੇਮ ਫਸ ਗਈ ਹਾਂ ਇਹ ਪੱਕਾ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰਦੇ ਸਿਰਫ ਹਮੀ ਕੋ ਹਮੀ ਕੋ ਲੱਗਣ ਨੂੰ ਕਵਰ ਦਾ ਪਾਈਪ ਜਦੋਂ ਟਾਈਮ ਹੋਊਗਾ ਉਦੋਂ ਐਂਡ ਕਰਕੇ ਟਾਈਮ ਕਰਾ ਲਾਂਗੇ ਟਾਈਮ ਹੋਊਗਾ ਕਿੰਨਾ ਕਾ ਬਣਾ ਲਾਂਗੇ ਮੁਕਲਾਵਾ ਜੀ ਅੱਛਾ ਸਾਨੂੰ ਉਹ ਹੀ ਦੱਸ ਦੇ ਜਿਹਨੂੰ ਤੂੰ ਐਂਜ ਕਹਿਣਾ ਵਾ ਉਹ ਤਾਂ ਦੱਸ ਸਾਨੂੰ ਉਹ ਬੜਾ ਹੀ ਐਂਡ ਕਹਿਣਾ ਤੂੰ ਕਿਸੇ ਗੱਲੋਂ ਜਿਹੜੇ ਚੁੱਪ ਬੈਠੇ ਆ ਟੈਨਸ਼ਨ ਨਾ ਲੈ ਮੈਂ ਤਾਂ ਪਾਇਆ ਮੈਂ ਤਾਂ ਸਿੰਘ ਨਾਲ ਗੱਲ ਨੀ ਕਰਦੇ ਤੂੰ ਆਪੇ ਇੰਤਹਾਈ ਕਾਲੇ ਬੰਦੇ ਤੁਸੀਂ ਆਪਣੇ ਜਿਹੜੇ ਨਾ ਉਹ ਸਾਹਸ ਬਣਾ ਕੇ ਲੈ ਹੁਣ ਮੈਨੇ ਇਸ ਗੱਲ ਦੇ ਤੁਸੀਂ ਦੁਆ ਦੇ ਇੰਤਹਾਈ ਕਾਲੇ ਲੋਕ ਵਿਆਹ ਦੇ ਪਿੱਛੇ ਇੱਕ ਬਾਹਰ ਵੀ ਬੈਠਾ ਇੰਨਾ ਲੇਟ ਨੀ ਹੋਣਾ ਚਾਹੀਦਾ ਸੀ ਇੰਤਹਾਈ ਲੇਟ ਲੋਕ ਵੀ ਦੇਖ ਰਹੇ ਆ ਕੁਛ ਤਾਂ ਜਲਦੀ ਸਾਨੂੰ ਉਹ ਦੱਸ ਰਹੇ ਕਿ ਬਾਹਰ ਵਿਆਹ ਤੁਹਾਡੀਆਂ ਕੀਤੀਆਂ ਮੇਰੇ ਅੱਗੇ ਆ ਰਹੀਆਂ ਮੇਰੇ ਭਰਾ ਨੇ ਜਿਹੜਾ ਨਾ ਅੱਡੀਆਂ ਚੱਕ ਚੱਕ ਫਾਹਾ ਲਿਆ ਚਲੋ ਠੀਕ ਆ ਉਹਨਾਂ ਹੀ ਲੇਟ ਕਰੂੰਗਾ ਨਾ ਫਿਰ ਸਾਡੇ ਨਾ ਕੋਈ ਜ਼ਬਰਦਸਤੀ ਹੈ ਨਾ ਕੋਈ ਜਿਹੜੀ ਹੈ ਨਾ ਕੋਈ ਮੇਰੇ ਵੱਲੋਂ ਨਾ ਬਾਅਦ ਦੇ ਵਿੱਚੋਂ ਨਾ ਪਹਿਲਾਂ ਕੋਈ ਐਸਾ ਜਿਹੜਾ ਨਾ ਪ੍ਰੈਸ਼ਰ ਹੋਵੇ ਫੋਨ ਕਰ ਰਿਹਾ ਪੁਲਿਸ ਵਾਲਾ ਰਕਸ਼ਾ ਲੱਭ ਜਾਂਦਾ ਚਾਚੂ ਕੋ ਗੋਰੀ ਸੀ ਗੋਰੀ ਦੁਲਹਨ ਲੱਭ ਕੇ ਦੇਗਾ ਉਸੇ 10,000 ਰੁਪਿਆ ਕੈਸ਼ ਮਿਲੇਗਾ ਆਦਮੀ ਨੂੰ ਕਹਿੰਦੇ ਆ ਤੁਸੀਂ ਕਿਸੇ ਔਰ ਮੇਰੇ ਪਿਓ ਵਾਲੇ ਨਾਲ ਗੱਲ ਕਰ ਲਓ ਅੱਛਾ
ਪੀਐਚਡੀ ਮੈਂ ਸਾਰੇ ਬਾਬੇ ਬਾਬੇ ਦੋਤੇ ਆ।